ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਨ੍ਹਾਂ ਸੂਬਿਆਂ ਵਿੱਚ ਯਾਸ ਤੂਫਾਨ ਤੇ ਭਾਰੀ ਮੀਂਹ ਬਾਰੇ ਜਾਰੀ ਹੋਇਆ ਅਲਰਟ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਯਾਸ ਤੂਫਾਨ ਦੇ ਕਾਰਨ ਉੜੀਸਾ ਤੇ ਪੱਛਮੀ ਬੰਗਾਲ ਦੇ ਸਮੇਤ ਕਈ ਸੂਬਿਆਂ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਯਾਸ ਗੰਭੀਰ ਚੱਕਰਵਰਤੀ ਤੂਫਾਨ ਚ ਬਦਲ ਚੁੱਕਾ ਹੈ ਜਿਸ ਦੇ ਭਿਆਨਕ ਰੂਪ ਨੂੰ ਦੇਖਦਿਆਂ ਪੱਛਮੀ ਬੰਗਾਲ ਤੇ ਉੜੀਸਾ ਦੇ ਟਾਟੀ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਯਾਸ ਨੂੰ ਦੇਖਦਿਆਂ ਬਚਾਅ ਤੇ ਰਾਹਤ ਟੀਮਾਂ ਨੂੰ ਵੱਖ-ਵੱਖ ਥਾਵਾਂ ਤੇ ਤਾਇਨਾਤ ਕੀਤਾ ਗਿਆ ਹੈ ਯਾਸ ਦੇ ਸੰਭਾਵਿਤ ਖਤਰਿਆਂ ਨੂੰ ਦੇਖਦਿਆਂ ਐਨਡੀਆਰਫ ਵੀ ਤਣਾਇਤ ਕੀਤੀ ਗਈ ਆ ਯਾਸ ਤੂਫਾਨ 26 ਮਈ ਨੂੰ ਓਡੀਸਾ ਦੇ ਬਾਲਾਸੋਰ ਦੇ ਕੋਲ ਦਸਤਕ ਦੇਵੇਗਾ ਓਡੀਸਾ 'ਚ ਦਸਤਕ ਦੇਣ ਦੇ ਨਾਲ ਹੀ ਇਸ ਦੀ ਤੀਬਰਤਾ ਹੋਰ ਵੱਧ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਓਡੀਸਾ 'ਚ ਦਸਤਕ ਦੇਣ ਦੇ ਸਮੇਂ ਯਾਸ ਦੀ ਗਤੀ ਕਰੀਬ 180 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਦੋਸਤੋ 180 ਕਿਲੋਮੀਟਰ ਪ੍ਰਤੀ ਘੰਟਾ ਜਿਸ ਦੇ ਨਾਲ ਤਬਾਹੀ ਹੀ ਤਬਾਹੀ ਮੱਚ ਜਾਵੇਗੀ ਤੂਫਾਨ ਦੇ ਨਾਲ ਨਜਿੱਠਣ ਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਯਾਸ ਤੂਫਾਨ ਦੇ ਨਾਲ ਨਜਿੱਠਣ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ-ਨਾਲ ਜਲ ਸੈਨਾ ਹਵਾਈ ਫੌਜ ਤੇ ਕੇਂਦਰੀ ਏਜੰਸੀਆਂ ਤਣਾਇਤ ਹਨ ਇਸ ਦੇ ਨਾਲ ਹੀ ਬੰਗਾਲ ਅਤੇ ਉੜੀਸਾ ਦੀਆਂ ਸਰਕਾਰਾਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਹਨ ਜਲ ਸੈਨਾ ਦੇ ਰਾਹਤ ਤੇ ਬਚਾਅ ਕਮਾਂ ਲਈ ਚਾਰ ਜੰਗੀ ਬੇੜੇ ਤੇ ਕੁਝ ਜਹਾਜ਼ ਤਿਆਰ ਕਰ ਰੱਖੇ ਹਨ ਜਦਕਿ ਹਵਾਈ ਫੌਜ ਵੀ 11 ਜਹਾਜ਼ ਅਤੇ 25 ਹੈਲੀਕਾਪਟਰਾਂ ਦੇ ਨਾਲ ਤੂਫਾਨ ਨੂੰ ਨਿਸ਼ਠਣ ਦੇ ਲਈ ਮੁਸ਼ਤ ਤੈਦ ਹੈ ਇਹਨਾਂ ਸੂਬਿਆਂ 'ਚ ਵੀ ਹੋ ਸਕਦੀ ਆ بارش ਸੂ ਮੌਸਮ ਵਿਭਾਗ ਦੇ ਮੁਤਾਬਕ ਚਾਰਖੰਡ ਕੇਰਲਾ ਦੇ ਕੁਝ ਟਾਟਵਰਤੀ ਇਲਾਕੇ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਕੁਝ ਇਲਾਕੇ ਜਿੱਥੇ ਤੂਫਾਨ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਸੋ ਭਾਰੀ بارش ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਬੰਗਾਲ ਅਤੇ ਉੜੀਸਾ ਨੂੰ 27 ਮਈ ਦੇ ਵਿੱਚ ਭਾਰੀ بارش ਦੀ ਸੰਭਾਵਨਾ ਹੈ ਸੂਬਾ ਸਰਕਾਰਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ